ਆਉਣ ਵਾਲੇ ਦਿਨਾਂ 'ਚ ਇੱਕ ਹੋਰ ਬਹੁਤ ਵੱਡਾ ਨੌਕਰੀਆਂ ਦੇਣ ਦਾ ਇੱਕ ਸਵੈ ਰੋਜਗਾਰ ਦਾ ਇੱਕ ਤਰੀਕਾ ਕੱਢਿਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਪੰਜਾਬ ਦੇ ਨੌਜਵਾਨ ਸਿਰਫ ਨੌਕਰੀਆਂ ਮੰਗਣ ਵਾਲੇ ਬਣ ਅਸੀਂ ਚਾਹੁੰਦੇ ਆ ਨੌਕਰੀਆਂ ਵੰਡਣ ਵਾਲੇ ਬਣ ਉਹਨਾਂ ਦੇ ਕਾਰੋਬਾਰ ਸ਼ੁਰੂ ਕਰਾਈਏ ਉਹ ਕੋ ਉਸ ਸਿਲਸਲੇ 'ਚ ਅਸੀਂ ਕਰ ਰਹੇ ਆ ਪਿੰਡਾਂ ਦੇ ਵਿੱਚ ਧਿਆਨ ਨਾਲ ਸੁਣਿਓ ਪਿੰਡਾਂ ਦੇ ਵਿੱਚ ਪਹਿਲਾਂ ਬੱਸਾਂ ਆਉਂਦੀਆਂ ਹੁੰਦੀਆਂ ਸੀ ਹੁਣ ਬੱਸਾਂ ਆਉਂਦੀਆਂ ਪਿੰਡਾਂ 'ਚ ਕੋਈ ਬੱਸ ਨਹੀਂ ਆਉਂਦੀ ਪਿੰਡ 'ਚ ਪਹਿਲਾਂ ਆਪਾਂ ਚਾਹ ਰੋਟੀ ਵੀ ਪਿੰਡਾਂ 'ਚ ਬੱਸ ਦੇ ਟਾਈਮ ਤੇ ਹੁੰਦਾ ਸੀ ਵੀ 12 ਵਾਲੀ ਦਾ ਹਾਰਨ ਵੱਜ ਗਿਆ ਚਾਹ ਧਰ ਲੋ 3 ਵਾਲੀ ਆ ਗਈ ਭਾਈ ਖੇਤ ਜਾਇਓ ਇਸ ਤਰ੍ਹਾਂ ਬੱਸ ਦੇ ਹਾਰਨ ਨਾਲ ਸਾਡਾ ਕਾਰੋਬਾਰ ਜੁੜਿਆ ਹੁੰਦਾ ਸੀ ਸੌਰੀ ਇੰਨ ਕਰਤੀਆਂ ਬੰਦ ਲੈ ਕੇ ਖੋਖੇ ਆਹ ਫਿਰਦਿਆਂ ਨੇ ਆ ਆਦਮ ਬੋ ਆਦਮ ਬੋ ਕਰਦੀਆਂ ਇਹਨਾਂ ਵਾਲੀਆਂ ਉਹ ਉਹ ਤਾਂ ਚਲੋ ਉਹਨਾਂ ਨਾਲ ਹਿਸਾਬ ਤਾਂ ਕਰਾਂਗੇ ਚੱਲ ਰਿਹਾ ਸਾਬ ਹੁਣ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਆਫਰ ਕਰਾਂਗੇ ਬਹੁਤ ਸ਼ਾਨਦਾਰ ਬੱਸਾਂ 30 ਤੋਂ 35 ਸੀਟ ਵਾਲੀਆਂ ਬੱਸਾਂ ਪਿੰਡਾਂ ਦੇ ਵਿੱਚ 7-7 8-8 ਪਿੰਡਾਂ ਦੇ ਰੂਟ ਲਾ ਕੇ ਸ਼ਹਿਰ ਨੂੰ ਸ਼ਹਿਰੋਂ ਪਿੰਡ ਨੂੰ ਚੌਸਰ ਹੋਊਗੀ ਸਵੇਰੇ ਜਾਊ ਦੁਪਹਿਰ ਤੋਂ ਪਹਿਲਾਂ ਆਊ ਦੁਪਹਿਰ ਤੋਂ ਬਾਅਦ ਜਾਊ ਸ਼ਾਮ ਨੂੰ ਆਊ ਚੌਸਰ ਕਹਿੰਦੇ ਆ ਸੁਖਵੀਰ ਬਾਦਲ ਨੂੰ ਪੁੱਛ ਲਿਆ ਚੌਸਰ ਕੀ ਹੁੰਦੀ ਹੈ ਉਹ ਕਹਿੰਦਾ ਮੈਂ ਤਾਂ ਕਦੇ ਪੜਿਆ ਨਹੀਂ ਮੈਨੂੰ ਨਹੀਂ ਪਤਾ ਚੌਸਰ ਕੀ ਹੁੰਦੀ ਹੈ ਨਾ ਤੀਹ ਹਰਪਤਿਆ ਨੂੰ ਵੀ ਤੀਹ ਹਰ ਕੀ ਹੁੰਦੀ ਹੈ ਚਲ ਦੂਹਰ ਵੀ ਨਹੀਂ ਪਤਾ ਵੀ ਦੂਹਰ ਕੀ ਹੁੰਦੀ ਹੈ ਜਿਹੜੀ ਤਵੀਆਂ ਨਾਲ ਕਰਦੇ ਆਪਾਂ ਜ਼ਮੀਨ ਨੂੰ ਸੋ ਇਹਨਾਂ ਨੂੰ ਨਹੀਂ ਪਤਾ ਜੀ ਜ਼ਮੀਨ ਨਾਲ ਜੁੜੇ ਹੀ ਨਹੀਂ ਹੋਏ ਇਹ ਅਸੀਂ ਦੇਖ ਲਓ 12000 ਪਿੰਡ ਨੇ ਇਹਦਾ ਮਤਲਬ 2000 ਤੋਂ 3000 ਬੱਸਾਂ ਸਰਕਾਰ ਸਪੌਂਸਰ ਕਰੂਗੀ ਚਾਰ-ਚਾਰ ਮੁੰਡੇ ਪੰਜ-ਪੰਜ ਮੁੰਡੇ ਰਲ ਕੇ ਬੱਸ ਅਸੀਂ ਉਹਨਾਂ ਨੂੰ ਦੇਵਾਂਗੇ ਕੋਈ ਇੰਟਰਸਟ ਨਹੀਂ ਲੈਂਦੇ ਜਦੋਂ ਤੁਹਾਡੇ ਕੋਲੇ ਕਮਾਈ ਹੋ ਗਈ ਪੈਸੇ ਮੋੜ ਦਿਓ ਬੱਸਾਂ ਥੋੜੀਆਂ ਬੱਸਾਂ ਚਲਾਓ ਇਹਦੇ ਨਾਲ ਕੱਲਾ ਇਹਦੇ ਨਾਲ ਕੱਲਾ 10000 10000 ਦੇ ਨੇੜੇ ਤੇਰੇ 12000 ਦੇ ਨੇੜੇ ਤੇਰੇ ਮੁੰਡਿਆਂ ਨੂੰ ਕੰਮ ਨਹੀਂ ਮਿਲੂਗਾ ਦੋ-ਦੋ ਤਿੰਨ-ਤਿੰਨ ਡਰਾਈਵਰ ਕੰਡੈਕਟਰ ਫਿਰ ਮਿਸਤਰੀਆਂ ਦੀਆਂ ਦੁਕਾਨਾਂ ਫਿਰ ਸਪੇਅਰ ਪਾਰਟ ਵਾਲੇ ਫਿਰ ਡੀਜ਼ਲ ਕਿੰਨਾ ਜਿਹੜਾ ਉਹ ਉਹ ਲੱਗੂਗਾ ਸਰਕਾਰ ਨੂੰ ਰੈਵਨਿਊ ਆਊਗਾ ਇੱਕ ਚੀਜ਼ ਨਾ ਬਹੁਤ ਚੀਜ਼ਾਂ ਜੁੜ ਜਾਂਦੀਆਂ ਨੇ ਇਹ ਚੀਜ਼ਾਂ ਸਾਨੂੰ ਤਾਂ ਆਉਂਦੀਆਂ ਨੇ ਕਿਉਂਕਿ ਸਾਡਾ ਜਿਹੜਾ ਪ੍ਰਧਾਨ ਹੈ ਉਹ ਇਨਕਮ ਟੈਕਸ ਦਾ ਕਮਿਸ਼ਨਰ ਰਿਹਾ ਹੈ ਉਹਨੂੰ ਪਤਾ ਹੈ ਪੈਸਾ ਕਿੱਥੋਂ ਲੈ ਕੇ ਆਉਣਾ ਹੈ ਤੇ ਕਿੱਥੇ ਲਾਉਣਾ ਹੈ ਸੋ ਇਸ ਕਰਕੇ ਆ ਜਿਹੜੀ ਗੱਲ ਕਰਦੇ ਆ ਕਿ ਕਰਜ਼ਾ ਲੈ ਲਿਆ ਕਿੱਥੋਂ ਕਰਜ਼ਾ ਲੈ ਲਿਆ ਅਸੀਂ ਤਾਂ ਉਹਨਾਂ ਵਾਲੇ ਕਰਜ਼ੇ ਮੋੜੀ ਜਾਂਦੇ ਆ ਅਸੀਂ ਤਾਂ ਉਹਨਾਂ ਦੇ ਕੰਡੇ ਜਿਹੜੇ ਬੀਜੇ ਹੋਏ ਨੇ ਉਹ ਚੁਗੀ ਜਾਂਦੇ ਆ ਜਿਹੜਾ 50000 ਕਰੋੜ ਦਾ ਕਰਜ਼ਾ ਕਹਿੰਦੇ ਨੇ ਕੱਲ ਨੂੰ ਜਵਾਬ ਦੇ ਦੇਣਾ ਸੀ ਗਵਰਨਰ ਨੂੰ ਉਹਨੇ ਕਿਹਾ ਕਿ ਕਿੱਥੇ ਪੈਸੇ ਖਰਚਿਆ ਹਾਲਾਂਕਿ ਉਹਨੇ ਪਹਿਲਾਂ ਵਾਲੇ ਤੋਂ ਨਹੀਂ ਪੁੱਛਿਆ ਕਿ ਇੱਕ ਇੱਕ ਲੱਖ ਰੁਪਈਆ ਕਰੋੜ ਦਾ ਕਰਜ਼ਾ ਲੈ ਲਿਆ ਡੇਢ ਡੇਢ ਲੱਖ ਕਰੋੜ ਦਾ ਕਰਜ਼ਾ ਲੈ ਲਿਆ ਵੀ ਕਿੱਥੋਂ ਲਿਆਂਦਾ ਤੇ ਕਿੱਥੇ ਖਰਚਿਆ ਪਹਿਲਾਂ ਵਾਲੇ ਨੂੰ ਨਹੀਂ ਪੁੱਛਿਆ ਸਾਨੂੰ ਪੁੱਛਿਆ ਸਾਡੇ ਕੋਲੇ ਜਵਾਬ ਹੈਗਾ ਕੱਲ ਨੂੰ 50000 ਕਰੋੜ ਦਾ ਹਿਸਾਬ ਦੇ ਦਾਂਗੇ ਕਿ ਐਨਾ ਅਸੀਂ ਜਿਹੜਾ ਪੰਨ ਬੱਸਾਂ ਤੇ ਬਸਾਂ ਤੇ ਕਰਜਾ ਸੀ ਜਿਹੜਾ ਉਹ ਲਾਹਿਆ ਐ ਇੰਨਾ ਅਸੀਂ ਪੁਰਾਣੇ ਸੈਕਟਰ ਨੂੰ ਲਾਹਿਆ ਇੰਨਾ ਅਸੀਂ ਵਿਆਜ ਮੋੜਿਆ ਪੁਰਾਣੇ ਕਰਜਾਂ ਦਾ ਸਾਡੇ ਕੋਲ ਰੁਪਈਏ ਰੁਪਈਏ ਦਾ ਹਿਸਾਬ ਪਿਆ ਪੈਸਾ ਖਾਣਾ ਸਾਡੀ ਫਿਤਰਤ ਨਹੀਂ ਹੈਗੀ ਪੈਸੇ ਨਾਲ ਕੋਈ ਢਿੱਡ ਨਹੀਂ ਪਰਦੇ ਨਾ ਹੀ ਕੋਈ ਨਾਲ ਲੈ ਜਾਣਾ ਕਿਸੇ ਨੇ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਹੀ ਰਹਿ ਜਾਂਦਾ ਕੁਝ ਨਹੀਂ ਨਾਲ ਲੈ ਕੇ ਜਾਣਾ ਹਾਂ ਜੇ ਪੰਜਾਬ ਵਾਸਤੇ ਕੋਈ ਕੰਮ ਕਰ ਜਾਗੇ ਚਾਰ ਬੰਦੇ ਯਾਦ ਰੱਖ ਲੈਣਗੇ ਕੋਈ ਬੰਦੇ ਆਏ ਸੀ ਯਾਰ ਪੰਜਾਬ ਵਾਸਤੇ ਕੰਮ ਕੀਤਾ ਉਹਨਾਂ ਨੇ ਉਦੋਂ ਕਿਤੇ ਮੋਢ ਬੱਜ ਗਿਆ ਉਦੋਂ ਕਿਤੇ ਪੰਜਾਬ ਦਾ ਮੋਢ ਬੱਜ ਗਿਆ ਤੱਕ ਪੰਜਾਬ ਵੱਡਾ ਹੋ ਜਾਊਗਾ ਜਿਹੜੇ ਆ ਦਰਖਤ ਦੇਖਦੇ ਆਪਾਂ ਆਪਾਂ ਥੋੜੀ ਲਾਏ ਨੇ ਜਿਨ੍ਹਾਂ ਦੀ ਛਾਂ ਚ ਬੈਨੇ ਆ ਜਾਂ ਜਿਨ੍ਹਾਂ ਤੋਂ ਆਪਾਂ ਫਲ ਲੈਨੇ ਆ ਆਪਾਂ ਨਹੀਂ ਲਾਏ ਆਪਣੇ ਦਾਦੇ ਨੇ ਜਾਂ ਆਪਣੇ ਪਰਦਾਦੇ ਨੇ ਲਾਏ ਹੋਣੇ ਉਦੋਂ ਲਾ ਕੇ ਗਏ ਫਲ ਹੁਣ ਲੈ ਰਹੇ ਆ ਇਸੇ ਤਰ੍ਹਾਂ ਜਿਹੜਾ ਅੱਜ ਬੀਜਾਂਗੇ ਆਉਣ ਵਾਲੀਆਂ ਪੀੜੀਆਂ ਉਹਦਾ ਉਹਦੀ ਛਾਂ ਮਾਨਣਗੀਆਂ